ਇੱਕ ਮਿਨਿਸਟਰ ਦੀ ਬਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਜਿਹਦੇ ਕੋਈ ਅਸ਼ਲੀਲ ਵੀਡੀਓ ਉਹਦੀ ਸਾਹਮਣੇ ਆਈ ਹੈ ਅਤੇ ਜੇ ਲੋਕ ਨਾ ਕੈਬਨਿਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ। ਮਗਰ ਬਦਲਾਵ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ। ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ 'ਤੇ ਲੋਕਲ ਬੋਡੀਜ਼ ਮਹਿਕਮਾ ਅਤੇ ਹੋਰਾਂ ਤੋਂ ਫੰਡਿੰਗ ਕਰਦਾ। ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ, ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ, ਕੋਈ ਨਾ ਜੇ ਇਹੋ ਜਿਹਾ ਕੋਈ ਕੰਮ ਕਰੀ ਜਾਂਦਾ ਅਤੇ ਕਰੀ ਜਾਣ ਦਿਓ, ਸਾਨੂੰ ਕੋਈ ਫਰਕ ਨਹੀਂ। ਜੇ ਚੀਫ ਮਿਨਿਸਟਰ ਦਾ ਆਪਦਾ ਕੈਰੈਕਟਰ ਢਿੱਲਾ ਹੋਵੇ, ਕੈਰੈਕਟਰਲੈਸ ਬੰਦਾ ਹੋਵੇ, ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ, ਆਈ ਥਿੰਕ ਅਸੀਂ ਪੰਜਾਬੀਆਂ ਨੂੰ ਭੁਲੇਖਾ। ਮਗਰ ਜਿਹੜੀ ਐਸ ਆਈ ਟੀ ਬਣੀ ਉਹ ਉਹਨਾਂ ਚੇਤੇ ਅਫਸਰਾਂ ਦੀ ਬਣੀ, ਭਗਵੰਤ ਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਸ ਨੇ, ਔਰ ਅਖੀਰ 'ਚ ਉਹ ਕੰਪਲੇਨੈਂਟ ਨੂੰ ਹੀ ਦਬਾ ਦਿੱਤਾ ਉਹਨਾਂ ਨੇ। ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ 'ਚ ਬਹਿ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਹੇ ਹੈ ਔਰ ਲੋਕਾਂ ਦਾ, ਸਾਡੇ ਪੰਜਾਬ ਦੇ ਧੀਆਂ ਭੈਣਾਂ ਦਾ, ਮੁੰਡਿਆਂ ਦਾ ਵੱਡੇ ਪੱਧਰ 'ਤੇ ਸ਼ੋਸ਼ਣ ਕਰ ਰਹੇ ਹੈ। ਸਰਕਾਰ ਦੇ ਭਗਵੰਤ ਮਾਨ ਦੇ ਨਿੱਕੂ ਕੇਜਰੀਵਾਲ ਦੇ ਗਲ 'ਚ ਗੂਠ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ, ਕਿਉਂਕਿ ਕਾਨੂੰਨ ਹਰੇਕ ਨਹੀਂ ਇੱਕ ਹੈ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰੀਕੇ ਦੇ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਸੋ ਇਸ ਮੁੱਦੇ ਨੂੰ ਹੁਣ ਹਰ ਪਾਸਿਓਂ ਹਵਾ ਮਿਲਣੀ ਸ਼ੁਰੂ ਹੋਈ। ਦੱਸ ਦਈਏ ਕਿ ਪਹਿਲਾਂ ਜਿੱਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਵੱਡਾ ਹਮਲਾ ਮਾਨ ਸਰਕਾਰ ਦੇ ਉੱਪਰ ਕੀਤਾ ਗਿਆ ਸੀ, ਉੱਥੇ ਹੀ ਹੁਣ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਸਰਕਾਰ ਦੇ ਉੱਪਰ ਤਿੱਖਾ ਤੰਜ ਕੀਤਾ। ਸੋ ਵੱਡਾ ਹਮਲਾ ਕਰਦੇ ਹੋਏ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਉੱਪਰ ਅਤੇ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਨੌਕਰੀਆਂ ਦੇ ਮਾਮਲੇ ਦੇ ਉੱਪਰ ਹੁਣ ਸ਼ੋਸ਼ਣ ਕੀਤਾ ਜਾ ਰਿਹਾ, ਜਿੱਥੇ ਉਹਨਾਂ ਨੇ ਲਾਲ ਚੰਦ ਕਟਾਰੂ ਚੱਕ ਦੇ ਮਾਮਲੇ ਦੇ ਉੱਪਰ ਟਿੱਪਣੀ, ਤਿੱਖੀ ਟਿੱਪਣੀ ਕੀਤੀ ਹੈ, ਉੱਥੇ ਹੀ ਹੁਣ ਬਲਕਾਰ ਸਿੰਘ ਦੇ ਮਾਮਲੇ ਦੇ ਉੱਪਰ ਵੀ ਗੁੱਸਾ ਉਹਨਾਂ ਦਾ ਸੱਤਵੇਂ ਆਸਮਾਨ ਦੇ ਉੱਪਰ ਦਿਖਿਆ। ਸੋ ਇਸ ਮਾਮਲੇ ਦੇ ਉੱਪਰ ਉਹਨਾਂ ਦੇ ਵੱਲੋਂ ਮਾਨ ਸਰਕਾਰ ਨੂੰ ਕੀ ਕੁਝ ਕਿਹਾ ਗਿਆ, ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਹੁਣੇ ਜੋ ਪਤਾ ਲੱਗ ਰਿਹਾ ਕਿ ਇੱਕ ਮਿਨਿਸਟਰ ਦੀ, ਬਲਕਾਰ ਸਿੰਘ ਦੀ ਇੱਕ ਹੋਰ ਵੀਡੀਓ, ਇਹਦੇ ਕੋਈ ਅਸ਼ਲੀਲ ਵੀਡੀਓ ਉਹਦੀ ਸਾਹਮਣੇ ਆਈ ਹੈ। ਕੁਛ ਸਮਾਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਸਾਂ ਔਰ ਇਹ ਵੀਡੀਓ ਇਸ ਲਈ ਵੀ ਦੇ ਕੇ ਆਇਆ ਸੀਗਾ ਕਿਉਂਕਿ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ, ਪਬਲਿਕ ਡੀਲਿੰਗ 'ਚ ਬਹਿਣਾ ਹੁੰਦਾ, ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਭੈਣਾਂ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ, ਅਤੇ ਜੇ ਉਹਨਾਂ ਦੀਆਂ ਇਹ ਜਿਹੀਆਂ ਅਸ਼ਲੀਲ ਹਰਕਤਾਂ ਹੋਣਗੀਆਂ, ਜੇ ਉਹਨਾਂ ਦੇ
ਕਾਰਨਾਮੇ ਮਾੜੇ ਹੋਣਗੇ, ਇਫ ਦੇ ਉਹ ਦੇ ਡੋਂਟ ਹੈਵ ਰਿਸਪੈਕਟ ਫਾਰ ਵਿਮੈਨ, ਉਹ ਧੀਆਂ ਭੈਣਾਂ ਦਾ ਸਤਿਕਾਰ ਨਹੀਂ ਕਰ ਸਕਦੇ, ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ। ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨਾ ਕੈਬਨਿਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ। ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੌਡੇ ਦੇ ਮੁੰਡੇ ਦਾ ਵੀ ਬੜਾ ਰੌਲਾ ਪਿਆ, ਉਹਦੇ 'ਤੇ ਕੇਸ ਰਜਿਸਟਰ ਹੋਇਆ, ਉਹ ਬਾਹਰ ਭੱਜ ਗਿਆ। ਮਗਰ ਬਦਲਾਵ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ, ਔਰ ਉਹਦਾ ਕਾਰਨ ਸਿਰਫ ਇਹ ਹੈ ਲੋਕੋ, ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ, ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ, ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ। ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ, ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ, ਕੋਈ ਨਾ ਜੇ ਇਹੋ ਜਿਹਾ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਣ ਦਿਓ, ਸਾਨੂੰ ਕੋਈ ਫਰਕ ਨਹੀਂ। ਮਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ? ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਵੈਨ ਦ ਚੀਫ ਮਿਨਿਸਟਰ ਦਾ ਆਪਦਾ ਕੈਰੇਕਟਰ ਢਿੱਲਾ ਹੋਵੇ, ਕੈਰੇਕਟਰਲੈਸ ਬੰਦਾ ਹੋਵੇ, ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੇਕਟਰਲੈਸ ਬੰਦੇ ਦੇ ਖਿਲਾਫ਼ ਐਕਸ਼ਨ ਲੈ ਲੂਗਾ, ਆਈ ਥਿੰਕ ਅਸੀਂ ਪੰਜਾਬੀਆਂ ਨੂੰ ਭੁਲੇਖਾ। ਕਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ, ਇੱਕ ਕੰਪਲੇਨੈਂਟ ਸਾਹਮਣੇ ਆਇਆ, ਉਸ ਕੰਪਲੇਨੈਂਟ ਦਾ ਸ਼ਿਕਾਇਤ ਉਹਨੇ ਕੀਤੀ, ਮਗਰ ਜਿਹੜੀ SIT ਬਣੀ ਉਹ ਉਹਨਾਂ ਚੇਤੇ ਅਫਸਰਾਂ ਦੀ ਬਣੀ, ਭਗਵੰਤ ਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਸ ਨੇ, ਔਰ ਅਖੀਰ 'ਚ ਉਹ ਕੰਪਲੇਨੈਂਟ ਨੂੰ ਹੀ ਦਬਾ ਦਿੱਤਾ ਉਹਨਾਂ ਨੇ। ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ, ਇਹ ਦੋਵੇਂ ਕੇਸਾਂ 'ਚ ਕਹਿੰਦੇ ਨੌਕਰੀ ਦਾ ਝਾਸਾ, ਫੇਵਰੇਟਿਜ਼ਮ ਦੇ ਕੇ ਇਹੋ ਜਿਹੀ ਹਰਕਤਾਂ ਹੋ ਰਹੀਆਂ ਨੇ। ਉਸ ਨੌਜਵਾਨ, ਇੱਕ ਦਲਿਤ ਭਰਾ, ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ, ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ, ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ 'ਚ ਬਹਿ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਹੇ ਹੈ, ਔਰ ਲੋਕਾਂ ਦਾ, ਸਾਡੇ ਪੰਜਾਬ ਦੇ ਧੀਆਂ ਭੈਣਾਂ ਦਾ, ਮੁੰਡਿਆਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਕਰ ਰਹੇ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕਿ ਭਾਈ ਜਾਗੋ, ਇਹ ਡੋਂਟ ਸਲੀਪ ਓਵਰ ਇਟ, ਸੌਣ ਦਾ ਕੰਮ ਨਹੀਂ ਹੈ। ਬਦਲਾਵ ਦੇ ਨਾਂ ਤੇ ਠੱਗੀ ਵੱਜ ਗਈ, ਮਗਰ ਦੇਸ਼ ਦੇ ਲੋਕ ਜਾਗ ਗਏ। ਇਹ ਹਿਮਾਚਲ ਗਏ, 1% ਵੋਟ ਪਈ, ਇਹ ਰਾਜਸਥਾਨ ਗਏ, ਹੋਰ ਸੂਬਿਆਂ 'ਚ ਗਏ, ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ। ਤੁਹਾਡੇ ਜਿਹਦੇ ਨਾਲ ਮਰਜ਼ੀ ਮਖਰੇਵੇ ਹੋਣਗੇ, ਗੁੱਸੇ ਗਲੇ ਹੋਣਗੇ, ਮਗਰ ਪੰਜਾਬ ਦੀ ਧਰਤੀ ਦਾ, ਇਹ ਸ਼ਹੀਦਾਂ ਦੀ ਧਰਤੀ ਦਾ, ਇਹ ਗੌਰਵਮਈ ਇਤਿਹਾਸ ਪੰਜਾਬੀਆਂ ਦਾ ਹੈ, ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ 'ਚ, ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ, ਭਗਵੰਤ ਮਾਨ ਦੇ, ਨਿੱਕੂ ਕੇਜਰੀਵਾਲ ਦੇ ਗਲ 'ਚ ਗੂਠ ਦੇ ਕੇ ਇਹਨਾਂ ਦੇ ਖਿਲਾਫ਼ ਕਾਰਵਾਈ ਹੋਊਗੀ, ਔਰ ਇਹਨਾਂ ਦੇ ਖਿਲਾਫ਼ ਪਰਚਾ ਦਰਜ ਹੋਊਗਾ, ਕਿਉਂਕਿ ਕਾਨੂੰਨ ਹਰੇਕ ਨਹੀਂ ਇੱਕ ਹੈ, ਨੋ ਵਨ ਇਜ਼ ਅਬਵ ਲਾ, ਕਾਨੂੰਨ ਤੋਂ ਉੱਤੋਂ ਕੋਈ ਨਹੀਂ। ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ, ਆਸ ਕਰੂੰਗਾ, ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ
ਇਹੋ ਜਿਹੇ ਲੋਕਾਂ ਨੂੰ ਘਰ ਵੀ ਬਿਠਾਵਾਂਗੇ ਤੇ ਜੇਲ੍ਹ ਵੀ ਭੇਜਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬਿਕਰਮ ਮਜੀਠੀਆ ਮਾਨ ਸਰਕਾਰ ਦੇ ਉੱਪਰ ਵਰਦੇ ਹੋਏ ਨਜ਼ਰ ਆਏ ਨੇ। ਬਦਲਾਅ ਦਾ ਨਾਂ ਲੈ ਕੇ, ਬਦਲਾਅ ਦਾ ਨਾਂ ਲੈ ਕੇ ਸੱਤਾ ਦੇ ਉੱਪਰ ਕਬਜ਼ਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲਤਾੜਦੇ ਹੋਏ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਮਿਆਰ ਕਿੱਥੇ ਤੱਕ ਜਾ ਪੁੱਜਿਆ। ਸੋ ਜਿਨ੍ਹਾਂ ਮੰਤਰੀਆਂ ਦੀਆਂ ਵੀਡੀਓਆਂ, ਅਸ਼ਲੀਲ ਵੀਡੀਓ, ਕਥਿਤ ਅਸ਼ਲੀਲ ਵੀਡੀਓਆਂ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ, ਉਹਨਾਂ ਦੇ ਉੱਪਰ ਕਾਰਵਾਈ ਤੱਕ ਨਹੀਂ ਕੀਤੀ ਜਾ ਰਹੀ। ਸੋ ਪਹਿਲਾਂ ਉਹਨਾਂ ਲਾਲ ਚੰਦ ਕਟਾਰੂ ਚੱਕ ਮਾਮਲੇ ਦੇ ਉੱਪਰ ਸਰਕਾਰ ਦੇ ਉੱਪਰ ਤਿੱਖਾ ਨਿਸ਼ਾਨਾ ਸਾਧਿਆ ਵੀ ਮਾਮਲਾ ਕਿੱਥੇ ਤੱਕ ਪਹੁੰਚਿਆ ਸੀ, ਲੇਕਿਨ ਉਸਦੇ ਉੱਪਰ ਵੀ ਇੱਕ ਮਾਮਲੇ ਦੇ, ਨੌਕਰੀ ਦੇ ਮਾਮਲੇ ਦੇ ਵਿੱਚ ਹੀ ਇੱਕ ਗਰੀਬ ਵਿਅਕਤੀ ਦਾ ਸ਼ੋਸ਼ਣ ਕੀਤਾ ਗਿਆ ਸੀ, ਇੱਕ ਲੜਕੇ ਦਾ ਸ਼ੋਸ਼ਣ ਕੀਤਾ ਗਿਆ ਸੀ, ਲੇਕਿਨ ਬਾਅਦ ਵਿੱਚ ਡਰਾ ਧਮਕਾ ਕੇ ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਦੇ ਉੱਪਰ ਕਿ ਡਰਾ ਧਮਕਾ ਕੇ ਉਸਦੇ ਵੱਲੋਂ ਮਾਮਲਾ ਵਾਪਸ ਕਰਵਾ ਲਿਆ ਸੀ। ਸ਼ਿਕਾਇਤਕਰਤਾ ਨੇ ਕਾਰਵਾਈ ਨਾ ਕਰਨ ਦੀ ਗੱਲ ਕਹਿੰਦੇ ਹੋਏ ਸ਼ਿਕਾਇਤ ਵਾਪਸ ਵੀ ਲਈ ਸੀ। ਇਹ ਕਹਿੰਦੇ ਨਜ਼ਰ ਆਏ ਨੇ ਉੱਥੇ ਹੀ ਹੁਣ ਬਲਕਾਰ ਸਿੰਘ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਦੀ ਕਥਿਤ ਵੀਡੀਓ ਦੇ ਉੱਪਰ ਕਹਿੰਦੇ ਨਜ਼ਰ ਆਏ ਨੇ ਕਿ ਆਖਿਰ ਕਿਉਂ ਮਾਨ ਸਰਕਾਰ ਇਹਨਾਂ ਮੰਤਰੀਆਂ ਦੇ ਉੱਪਰ ਜਿਹੜੀ ਕਾਰਵਾਈ ਆ ਨਹੀਂ ਕਰ ਰਹੀ, ਕਿਉਂਕਿ ਇਹ ਕਮਾਊ ਪੁੱਤ ਨੇ। ਸੋ ਮਾਲੀਆ ਫੰਡ ਇਕੱਠੇ ਕਰ ਕਰਕੇ ਇਹ ਸਰਕਾਰ ਨੂੰ ਦਿੰਦੇ ਨੇ, ਜਿਸ ਕਾਰਨ ਸਰਕਾਰ ਇਹਨਾਂ ਦੇ ਉੱਪਰ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਕਰਦੇ। ਦੱਸ ਦਈਏ ਕਿ ਅਸ਼ਲੀਲ ਵੀਡੀਓ, ਜਿਹੜੀ ਕਥਿਤ ਅਸ਼ਲੀਲ ਵੀਡੀਓ ਬਲਕਾਰ ਸਿੰਘ ਦੀ ਹੁਣ ਵਾਇਰਲ ਹੋਈ ਆ, ਉਸ ਤੋਂ ਬਾਅਦ ਮਾਨ ਸਰਕਾਰ ਬੁਰੀ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਪਰ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਵੱਖ ਵੱਖ ਪਾਰਟੀਆਂ ਦੇ ਵੱਲੋਂ, ਜੇਕਰ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਗਹਿਰਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਰਕਾਰ ਘੇਰੀ ਗਈ ਸੀ, ਅਤੇ ਹੁਣ ਬਿਕਰਮ ਮਜੀਠੀਆ ਦੇ ਵੱਲੋਂ ਲਾਈਵ ਹੋ ਕੇ ਬੜੇ ਗਰਮ ਖਿਆਲਾਂ ਦੇ ਨਾਲ ਸਰਕਾਰ ਨੂੰ ਘੇਰਿਆ, ਗੁੱਸੇ ਹੁੰਦੇ ਹੋਏ ਨਜ਼ਰ ਆਏ ਨੇ ਅਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਹੁਣ ਸਰਕਾਰ ਦੇ ਖਿਲਾਫ਼ ਚੱਲੋ ਅਤੇ ਸਰਕਾਰ ਨੂੰ ਮਜਬੂਰੀ ਦੇ ਵਿੱਚ ਇਹਨਾਂ ਮੰਤਰੀਆਂ ਦੇ ਉੱਪਰ ਕਾਰਵਾਈ ਕਰਨੀ ਹੀ ਪਵੇਗੀ। ਸੋ ਬਿਕਰਮ ਮਜੀਠੀਆ ਕਹਿੰਦੇ ਨਜ਼ਰ ਆਏ ਨੇ ਕਿ ਇਸ ਮਾਮਲੇ ਦੇ ਉੱਪਰ ਇੱਕ ਵੀਡੀਓ ਮੈਂ ਵੀ ਪਹਿਲਾਂ ਰਾਜਪਾਲ ਨੂੰ ਸੌਂਪੀ ਸੀ, ਲੇਕਿਨ ਮਾਨ ਸਰਕਾਰ ਇਸ ਮਾਮਲੇ ਦੇ ਉੱਪਰ ਚੁੱਪੀ ਧਾਰੀ ਬੈਠਾ, ਕਿਸੇ ਵੀ ਕਥਿਤ ਵੀਡੀਓ ਦੇ ਉੱਪਰ, ਕਿਸੇ ਵੀ ਆਪਣੇ ਕੈਬਨਿਟ ਮੰਤਰੀ ਦੇ ਉੱਪਰ ਮਨਸ਼ਾ ਦਿਖਾਈ ਨਹੀਂ ਦੇ ਰਹੀ ਕਿ ਮਾਨ ਸਰਕਾਰ ਉਹਨਾਂ ਦੇ ਉੱਪਰ ਕਾਰਵਾਈ ਕਰੇਗੀ। ਸੋ ਹੁਣ ਇਲੈਕਸ਼ਨ ਦਾ ਦੌਰ ਹੈ, ਇਹ ਜੋ ਅਸ਼ਲੀਲ ਵੀਡੀਓ, ਕਥਿਤ ਅਸ਼ਲੀਲ ਵੀਡੀਓ ਬਲਕਾਰ ਸਿੰਘ ਕੈਬਨਿਟ ਮੰਤਰੀ ਦੀ ਜੋ ਹੁਣ ਲੋਕਾਂ ਦੇ ਵਿੱਚ ਪਹੁੰਚੀ ਹੈ, ਵਾਇਰਲ ਹੋ ਰਹੀ ਹੈ, ਇਹ ਕਿੰਨਾ ਵੱਡਾ ਇੰਪੈਕਟ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਪਾਏਗੀ। ਜਾਨਣ ਲਈ ਬਣੇ ਰਹੋ ਰੋਜ਼ਾਨਾ ਲੋਕਰਾ ਟੀਵੀ ਦੇ ਨਾਲ।